डीसी साहब मेरे नाल खड़े ने, 145 की जड़ी कार्रवाई पुलिस डीसी साहब वालों बनती है वो 145 की कार्रवाई लागू हो रही है, ठीक है। और जो सवेरे होया उहदे वास्ते जो कायदा कानून लागू करना होएगा वह लागू होएगा, ठीक है। 145 के तहत इस जगह नूं खाली कर दिता गया जा रहा और रिसीवर डीसी साहब ने मुकर किया, ठीक है। डीसी साहब दस दिन जी तुसीं रखी रिसीवर सर, इहदे विच कानूनी कार्रवाई जो भी है वो होगी। कल भी एक मामला दर्ज होया सी, पुलिस इन्वेस्टिगेट कर रही है कि मामला दर्ज हो गया है या होना है, या की तुसीं क्योंकि बंदे की मौत हुई है उहदे विच की प्राइमरी तौर ते की एक्शन लैणा है? जो कायदे अनुसार एक्शन बनता होएगा वो होएगा, जड़ा पहलों परचा होया उहदा भी कायदे अनुसार जो कार्रवाई हो रही है वो कायदे अनुसार होएगी। किसी ना कोई हक सच न्याय ते पुलिस कार्रवाई करेगी। डीसी साहब का जड़ा हुक्म है 145 का, उन्होंने दोवां धिरां की सहमति नाल लागू किया जा रहा। असी कोशिश कर रहे हैं कि सुरत माहौल दे विच लॉ एंड ऑर्डर मेनटेन रहे और किसी नूं ये भी ना होए कि किसी ना कोई धक्का होया, जिन्हें भी कोई वधीकी की है वो फेस करेगा। किन्ने पुलिस कर्मचारी इंजर्ड ने और निहंग सिंह? मेरे को जो अजे तक इतला आया कि साडा एक मुलाजम ਉਹਦੀ ਡੈਥ ਹੋਈ ਹੈ, ਚਾਰ ਮੁਲਾਜ਼ਮ ਜ਼ਖਮੀ। ਬਈ ਜਦੋਂ ਇੱਥੇ ਗਾਰਦ ਲੱਗੇਗੀ, ਜਦੋਂ ਡਿਪਟੀ ਕਮਿਸ਼ਨਰ ਸਾਹਿਬ ਮੇਰੇ ਕੋਲ ਖੜੇ ਨੇ, 145 ਦੀ ਕਲੰਦਰਾ ਇਹਨਾਂ ਨੇ ਲਾਗੂ ਕਰਨਾ ਹੈ, ਮੇਰੇ ਵੱਲੋਂ ਗਾਰਦ ਦਿੱਤੀ ਜਾਣੀ ਹੈ, ਪੁਲਿਸ ਟੀਮ ਵੱਲੋਂ ਉਹ ਪੁਲਿਸ ਗਾਰਦ ਆਏਗੀ। ਬਾਬਾ ਜੀ ਬੈਠੇ ਨੇ ਜਿਹੜੇ ਹੈੱਡ ਨੇ ਇਸ ਔਰਗਨਾਈਜੇਸ਼ਨ ਦੇ, ਜਿਹੜੇ ਹੁਣ ਅੰਦਰ ਆਏ ਸੀਗੇ, ਇਹਨਾਂ ਦਾ ਵੀ ਬਹੁਤ ਸੁਚੱਜੀ ਸੋਚ ਕਰਕੇ ਇਹ ਫੈਸਲਾ ਸਿਰੇ ਲੱਗਿਆ, ਠੀਕ ਹੈ। ਔਰ ਗੁਰੂ ਮਰਿਆਦਾ ਅਨੁਸਾਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ, ਉਹ ਮਰਿਆਦਾ ਅਨੁਸਾਰ ਡੀਸੀ ਸਾਹਿਬ ਦੀ ਟੀਮ ਲੱਗ ਕੇ ਪੂਰਾ ਕਰੇਗੀ। ਉਹਦੇ 'ਚ ਜੇ ਕਿਸੇ ਦਾ ਸਹਿਯੋਗ ਦੀ ਜ਼ਰੂਰਤ ਹੋਏਗੀ ਉਹਦਾ ਸਹਿਯੋਗ ਲਿਆ ਜਾਏਗਾ। ਦੇਖੋ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਸਾਡਾ ਪੁਲਿਸ ਮੁਲਾਜ਼ਮ ਗੋਲੀ ਨਾਲ ਵੱਜਿਆ, ਉਹ ਪੁਲਿਸ ਦੀ ਗੋਲੀ ਨਾਲ ਨਹੀਂ ਮਰਿਆ, ਠੀਕ ਹੈ। ਉਹ ਜਿਹੜਾ ਪਰਚਾ ਦਰਜ ਹੈ, ਜਿਹੜਾ ਜੋ ਕੁਛ ਗੋਲੀ ਜਿਹੜੀ ਗੋਲੀ ਨਾਲ ਮਰਿਆ, ਜੋ ਕਾਇਦੇ ਅਨੁਸਾਰ ਕਾਰਵਾਈ ਬਣਦੀ ਹੈ FIR ਦੇ ਮੁਤਾਬਕ ਉਹ ਕਾਰਵਾਈ ਹੋਏਗੀ। ਜੇ ਸਾਡੇ ਮੁਲਾਜ਼ਮ ਵੱਲੋਂ ਕੋਈ ਗੱਲ ਸਾਹਮਣੇ ਆਏਗੀ ਤਫਤੀਸ਼ ਦੇ ਦੌਰਾਨ, DIG ਸਾਹਿਬ ਖੜੇ ਨੇ ਜਲੰਧਰ ਰੇਂਜ, ਉਹ ਵੀ ਇਸ ਗੱਲ ਨੂੰ ਦੇਖਣਗੇ, ਤਫਤੀਸ਼ੀ ਟੀਮ ਵੀ ਬਣੇਗੀ। ਦੋ ਵੈਪਨ ਜਿਹੜੇ ਹਥਿਆਰ ਵਾਲੇ ਯੂਜ਼ ਹੋਏ ਸੀ, ਲਾਇਸੈਂਸ ਵੈਪਨ, ਉਹ ਪੁਲਿਸ ਨੇ ਰਿਕਵਰ ਕਰ ਲਏ। ਦੇਖੋ ਜਨਾਬ ਛੋਟੇ ਵੀਰ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਮੇਂ ਅਨੁਸਾਰ ਕਿਸੇ ਵੇਲੇ ਨਹੀਂ ਹੋ ਸਕਦੀਆਂ, ਤੇ ਤਾਂ ਹੀ ਸਾਡਾ ਆਉਣਾ ਪਿਆ। ਮੈਂ ਤੇ DC ਸਾਹਿਬ ਖੜੇ ਆ, ਮੈਨੂੰ ਚੰਡੀਗੜ੍ਹ ਤੋਂ ਆਉਣਾ ਪਿਆ। ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਜਵਾਬ ਪਿਛੋਕੜ 'ਚ ਤਫਤੀਸ਼ ਕਰਨ ਤੋਂ ਦਿੱਤੇ ਜਾ ਸਕਦੇ, ਇਮੀਡੀਏਟਲੀ ਕੋਈ ਜਵਾਬ ਨਹੀਂ। ਦੇਖੋ ਰਿਸੀਵਰ ਹਜੇ ਨਿਯੁਕਤ ਅਸੀਂ ਕਰਨਾ ਆ, ਹਜੇ 145 ਦਾ ਕਲੰਦਰਾ ਪੁਲਿਸ ਵੱਲੋਂ ਸਾਡੇ ਕੋਲ ਪੇਸ਼ ਕੀਤਾ ਗਿਆ ਆ। ਕਲੰਦਰੇ ਦੀ ਸਾਰੀ ਵਰਡਿੰਗ ਪੜ੍ਹ ਕੇ ਦੇਖ ਕੇ ਕੀ ਹਾਲਾਤ ਨੇ, ਉਹਦੇ ਉੱਤੇ ਕਾਨੂੰਨ ਦੇ ਮੁਤਾਬਕ 145 ਦੇ ਅੰਦਰ ਜੋ ਪ੍ਰੋਵੀਜ਼ਨ ਨੇ ਉਹਦੇ ਤਹਿਤ ਮੋਟੇ ਤੌਰ ਤੇ ਹੁੰਦਾ ਕਿ ਜਦੋਂ ਦੋਨੋਂ ਧਿਰਾਂ ਤੋਂ ਕਬਜ਼ਾ ਦੀ ਕੋਈ ਲੜਾਈ ਹੁੰਦੀ ਹੈ ਤਾਂ ਹਟਾ ਕੇ ਉੱਥੇ ਇੱਕ ਰਿਸੀਵਰ ਉਸ ਪ੍ਰੋਪਰਟੀ ਦਾ ਪ੍ਰਬੰਧ ਕਰਨ ਲਈ ਇੱਕ ਰਿਸੀਵਰ ਨਿਯੁਕਤ ਕਰ ਦਿੱਤਾ ਜਾਂਦਾ ਆ। ਉਹ ਅਸੀਂ ਰਿਸੀਵਰ ਨਿਯੁਕਤ ਕਰਾਂਗੇ, ਮੋਸਟਲੀ ਤਹਿਸੀਲਦਾਰ ਨੂੰ ਨਿਯੁਕਤ ਕੀਤਾ ਜਾਂਦਾ ਹੈ, ਅਸੀਂ ਤਹਿਸੀਲਦਾਰ ਨੂੰ ਕਰਾਂਗੇ ਨਿਯੁਕਤ, ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਿਹੜਾ ਕਿ ਇਸ ਗੁਰਦੁਆਰੇ ਦੀ ਜਿੰਨੀ ਵੀ ਪ੍ਰੋਪਰਟੀ ਆ ਉਹਦੀ ਮੈਨੇਜਮੈਂਟ ਕਰੇਗਾ, ਉਹਦੀ ਸੇਵਾ ਸੰਭਾਲ ਕਰੇਗਾ। ਔਰ ਜਿਹੜੀ ਵੀ ਧਿਰ ਵਾ, ਕੋਈ ਹੋਰ ਧਿਰ ਵੀ ਆ ਕੋਈ ਵੀ, ਉਹਨੂੰ ਇੱਥੋਂ ਰੋਕਣ ਦੇ ਵਾਸਤੇ ਅਸੀਂ ਪੁਲਿਸ ਨੂੰ ਇਹ ਲਿਖਾਂਗੇ ਕਿ ਇੱਥੇ ਗਾਰਦ ਦਾ ਪ੍ਰਬੰਧ ਕੀਤਾ ਜਾਵੇ, ਲਗਾਤਾਰ ਇੱਥੇ ਚੌਕਸੀ ਵਰਤੀ ਜਾਵੇ ਤਾਂ ਕਿ ਕੋਈ ਹੋਰ ਧਿਰ ਵੀ ਇੱਥੇ ਦੁਬਾਰਾ ਵੜਨ ਦੀ ਕੋਸ਼ਿਸ਼ ਨਾ ਕਰੇ। ਇੱਕ ਸਵਾਲ ਹੈ ਕਿ ਜਿਹੜਾ ਇੱਕ ਮੁਹੱਲਾ ਆਯੋਜਿਤ ਕੀਤਾ ਜਾਂਦਾ ਆ ਗੁਰਪੁਰਬ ਤੋਂ ਅਗਲੇ ਦਿਨ ਨਿਹੰਗ ਸਿੰਘਾਂ ਵੱਲੋਂ ਨਿਰੋਲ, ਤਾਂ ਉਹਦਾ ਆਯੋਜਨ ਕੀ ਹੁਣ ਰਿਸੀਵਰ ਵੱਲੋਂ ਹੋਏਗਾ ਜਾਂ ਦੋਨਾਂ ਧਿਰਾਂ ਨੂੰ ਸਹੂਲੀਅਤ ਦਾ ਮੌਕਾ ਦਿੱਤਾ ਜਾਏਗਾ, ਕੀ ਹੈ ਉਸਦਾ ਪਾਸ? ਨਹੀਂ, ਉਹ ਜਿਹੜੇ ਇਹਨਾਂ ਦੀਆਂ ਧਿਰਾਂ ਆ ਜਿਹੜੀਆਂ, ਇਹਨਾਂ ਨੇ ਆਪਣੇ ਲੈਵਲ ਤੇ ਸਹਿਮਤੀ ਦੇ ਨਾਲ ਕੀਤਾ ਜਾਊਗਾ ਇਹਨਾਂ ਵੱਲੋਂ। ਪੁਲਿਸ ਵੱਲੋਂ ਐਕਸ਼ਨ ਕਰਨ ਤੋਂ ਪਹਿਲਾਂ ਜਦੋਂ ਕਬਜ਼ਾ ਇੱਥੇ ਹਟਾਉਣ ਤੋਂ ਪਹਿਲਾਂ
ਡਿਪਟੀ ਕਮਿਸ਼ਨਰ ਕਪੂਰਥਲਾ ਜਾਂ ਜ਼ਿਲ੍ਹਾ ਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸਿਵਲ ਪ੍ਰਸ਼ਾਸਨ ਦਾ ਉਹਨਾਂ ਨੂੰ ਸਹਿਮਤੀ ਦਿੱਤੀ ਗਈ ਸੀ ਜਾਂ ਉਹਨਾਂ ਨੂੰ ਦੱਸਿਆ ਗਿਆ ਸੀ ਨਹੀਂ ਸਾਨੂੰ ਇੰਨਾ ਪਤਾ ਸੀ ਕਿ ਇੱਥੇ ਲੜਾਈ ਝਗੜਾ ਹੋਇਆ ਆ ਅਸੀਂ ਪੁਲਿਸ ਦੇ ਨਾਲ ਚੱਲ ਰਹੇ ਹਾਂ ਉਸ ਦਿਨ ਤੇ ਸਾਰੀ ਗੱਲਬਾਤ ਦੇ ਵਿੱਚ ਵੀ ਸ਼ਾਮਲ ਸੀਗੇ ਸਾਡੇ ਐਸਡੀਐਮ ਸਾਹਿਬ ਵੀ ਮੈਂ ਵੀ ਨਾਲ ਸ਼ਾਮਲ ਸੀਗੇ ਤੇ ਜਦੋਂ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਫਿਰ ਇਹ ਕਾਰਵਾਈ ਇੱਕਦਮ ਸਡਨਲੀ ਚੱਲ ਗਈ ਨਹੀਂ ਇਹੋ ਜਿਹਾ ਕੋਈ ਮੇਰੇ ਧਿਆਨ 'ਚ ਨਹੀਂ ਆਇਆ ਸਥਿਤੀ ਪੂਰੀ ਤਰ੍ਹਾਂ ਨਿਯੰਤਰਣ ਦੇ ਵਿੱਚ ਹੈ ਜੀ ਪੂਰਾ ਪੁਲਿਸ ਵੱਲੋਂ ਵੀ ਪ੍ਰਬੰਧ ਕੀਤੇ ਗਏ ਨੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਨੇ ਮੈਂ ਸੰਗਤਾਂ ਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਹਾਂ ਕਿ ਉਹ ਆਪਣੇ ਸ਼ਰਧਾ ਦੇ ਨਾਲ ਗੁਰਦੁਆਰਾ ਸਾਹਿਬ ਆ ਕੇ ਆਪਣੇ ਜਿਹੜੇ ਹੈਗੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਨੇ।